ਐਫ ਆਈ ਆਰ ਦੀ ਕਾਪੀ ਜੀ ਚਾਚੇ ਹੋਰੀ ਲੈ ਆਏ ਜਾ ਕੇ ਅੰਦਰੋਂ ਤੇ ਗੱਲਬਾਤ ਕੀ ਹੈ ਚਾਚਾ ਅਗਲੀ ਇੱਥੋਂ ਦੀ ਅਗਲੀ ਦਾ ਦੇਖੋ ਜੀ ਹੈ ਵੀ ਅਗਲੀ ਦਾ ਜਥੇਬੰਦੀਆਂ ਜਿਵੇਂ ਕਹਿਣਗੀਆਂ ਠੀਕ ਹੈ ਉਹਨਾਂ ਦੇ ਮੁਤਾਬਕ ਆਉਣਾ ਹੁਣ ਕੀ ਮੇਨ ਸਾਰਾ ਕੁਝ ਆਪਾਂ ਨੂੰ ਅੰਦਰ ਪਤਾ ਲੱਗ ਗਿਆ ਵੀ ਭਾਨੇ ਬਾਈ ਨੂੰ ਇੱਥੇ ਲਿਆਂਦਾ ਜਾਂ ਹਲੇ ਕੋਰਟ ਦੀ ਹੈ ਤੇ ਉਹਨੂੰ ਕੋਰਟ 'ਚ ਪੇਸ਼ ਕਰਤਾ ਜੀ ਕੋਰਟ 'ਚ ਪੇਸ਼ ਕਰਤਾ ਕੋਰਟ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਮਿਲ ਗਿਆ 2 ਦਿਨ ਦਾ ਰਿਮਾਂਡ ਲੈ ਲਿਆ ਠੀਕ ਅਗਲੇ ਪਰਸੋਂ ਨੂੰ ਦੁਬਾਰੇ ਕੋਰਟ ਪੇਸ਼ ਕਰਕੇ ਠੀਕ ਹੈ ਉਹਨੂੰ ਜੇਲ੍ਹ ਭੇਜ ਜੇਲ੍ਹ ਭੇਜਣਗੇ ਉਹਨੂੰ ਆ ਜਿਹੜੀਆਂ ਧਰਾਵਾਂ ਲੱਗੀਆਂ ਨਾ ਚੰਗੀ ਤਰ੍ਹਾਂ ਦਿਖਾ ਦਿਓ ਸ਼ਰਮਾ ਜੀ ਐਫ ਆਈ ਆਰ ਦੀ ਜਿਹੜੀ ਕਾਪੀ ਹੈ ਉਹ ਆ ਗਈ ਠੀਕ ਹੈ 2-3 ਪੇਜ ਨੇ ਤੇ ਅਲੱਗ ਅਲੱਗ ਇੱਥੇ ਸਾਰਾ ਕੁਝ ਲਿਖਿਆ ਹੋਇਆ ਤੇ ਜਿਹੜਾ ਅੱਗੇ ਹੈ ਜਿਹੜਾ ਸਾਰੀ ਗੱਲਬਾਤ ਹੈ ਅਗਲੀ ਉਹ ਅਪਡੇਟ ਹੈ ਜਿਹੜੀ ਆਪਣੇ ਪੇਜ ਤੇ ਵੀ ਹੋਊਗੀ ਲੱਖੇ ਸਧਾਣੇ ਵਾਲੇ ਤੇ ਵੀ ਹੋਊਗੀ ਹੋ ਸਕਦਾ ਭਾਨੇ ਸਿੱਧੂ ਬਾਈ ਵਾਲੇ ਪੇਜ ਤੇ ਵੀ ਹੋਵੇ ਪਰ ਹਲੇ ਸਾਰੀ ਜਿਹੜੀ ਡਿਸਕਸ਼ਨ ਹੈ ਉਹ ਹਲੇ ਕੋਈ ਨਹੀਂ ਹੋਈ ਹੈਗੀ ਹਲੇ ਤਾਂ ਚਾਚਾ ਅੱਗੇ ਡਿਸਕਸ ਹੋਊਗੀ ਨਾ ਜਾ ਕੇ ਜਿਵੇਂ ਬੰਦਗਾਂ ਦਾ ਹੁਕਮ ਕਰਨਗੀਆਂ ਉਵੇਂ ਸਾਰਾ ਚੱਲਣਾ ਠੀਕ ਹੈ ਵੀ ਅੱਗੇ ਦਾ ਹਲੇ ਵਿੱਢਣਾ ਵੀ ਕੀ ਹੈ 2 ਦਿਨ ਦਾ ਪੁਲਿਸ ਰਿਮਾਂਡ ਹੈ ਇਸ ਤੋਂ ਬਾਅਦ ਬਾਈ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਣਗੇ ਇਹ ਆ ਜਿਹੜੀਆਂ ਇਹਨਾਂ ਨੇ ਧਰਾਵਾਂ ਲਾਈਆਂ ਨੇ ਇਹਦੇ ਤਹਿਤ ਠੀਕ ਹੈ ਇੱਕ ਤਾਂ ਧਮਕਾਉਣ ਵਾਲੀ ਹੈ ਮੈਨੂੰ ਲੱਗਦਾ ਵੀ ਧਾਰਾ 384 ਲੱਗੀ ਹੋਈ ਆ ਆਈ ਐਫ ਪੀ ਸੈਕਸ਼ਨ 384 ਲੱਗੀ ਹੋਈ ਹੈ ਤੇ ਬਣੇ ਰਹੇ ਉਹ ਸਾਰੇ ਬੰਦੇ ਬਾਈ ਭਾਨੇ ਸਿੱਧੂ ਦੀ ਸਪੋਰਟ ਵਾਸਤੇ ਜਿੰਨੇ ਵੀ ਤੁਸੀਂ ਉਹਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਉਹ ਐਤਕੀ ਆਪਦੇ ਕਿਸੇ ਮਸਲੇ 'ਚ ਨਹੀਂ ਹੈਗਾ ਸਿਰਫ ਲੋਕਾਂ ਵਾਸਤੇ ਜੇ ਇੱਥੇ ਬੈਠੇ ਅੱਜ ਤਾਂ ਲੋਕਾਂ ਵਾਸਤੇ ਬੈਠਾ ਲੋਕਾਂ ਦਾ 1 ਕਰੋੜ ਰੁਪਇਆ ਕਢਾਇਆ ਉਹਨੇ ਪਤਾ ਨਹੀਂ ਕਿੰਨੇ ਕੁੜੀਆਂ ਦੇ ਘਰ ਵਸਾਏ ਨੇ ਉਹਨਾਂ ਵਾਸਤੇ ਇੱਥੇ ਬੈਠਾ ਬੇਨਤੀ ਇਹ ਹੈ ਵੀ ਮੈਂ ਤੁਹਾਨੂੰ ਬੇਨਤੀ ਕਰਨਾ ਚਲੋ ਵੈਸੇ ਇਹ ਗੱਲਾਂ ਬਹੁਤ ਨੇ ਕਹਿਤੀਆਂ ਇੱਕ ਐਫ ਆਰ ਦੇ ਵਿੱਚ ਲਿਖਿਆ ਵਾ ਇੱਕ ਔਰਤ ਕਹਿੰਦੀ ਵੀ 10,000 ਰੁਪਇਆ ਮੇਥੋਂ ਭਾਨੇ ਨੇ ਫਰੋਤੀ ਮੰਗੀ ਹੈ ਇਹ ਕਿਹਾ ਐਫ ਆਰ ਦੇ ਵਿੱਚ ਜਿਹੜੀ ਆ ਦੇਖੋ ਮੈਨੂੰ ਨਹੀਂ ਪਤਾ ਉਹ ਭੈਣ ਕੌਣ ਆ ਜਾਂ ਕੀ ਗੱਲਬਾਤ ਆ ਉਹਦੇ ਬਾਰੇ ਆਪਾਂ ਕੋਈ ਚੰਗਾ ਮਾੜਾ ਨਹੀਂ ਸੋਚਣਾ ਦੇਖਿਆ ਪਰ ਇੱਕ ਗੱਲ ਅਸੀਂ ਸਹੁੰ ਖਾ ਕੇ ਦਰਬਾਰ ਸਾਹਿਬ ਜਾ ਕੇ ਸਹੁੰ ਖਾਣ ਨੂੰ ਤਿਆਰ ਹਾਂ ਮੈਂ ਨਿੱਜੀ ਤੌਰ 'ਤੇ ਖਾਣ ਨੂੰ ਤਿਆਰ ਹਾਂ ਵੀ ਜੋ ਕਿਸੇ ਤੋਂ ਬੰਦਾ 1 ਰੁਪਇਆ ਤੱਕ ਲੈਤਾ ਹੋਵੇ 1 ਕਰੋੜ ਰੁਪਇਆ ਮੜਵਾਤਾ 1 ਅਰਬ ਰੁਪਇਆ ਮੜਵਾਤਾ ਉਹਨੇ ਕਿਸੇ ਤੋਂ ਚਾਹ ਨਹੀਂ ਪੀਤੀ ਪੈਸੇ ਮੜਵਾ ਕੇ ਅਲਾ ਕਹਿੰਦਾ ਬਈ 50 ਲੱਖ ਮੁੜਿਆ ਆ ਆਹ ਚੱਕ ਲੈਣੇ ਚੱਕਣੇ ਆ ਪਰ ਇਹ ਬੰਦੇ ਨੇ ਇੱਕ ਰੱਤੀ ਨਹੀਂ ਲੈਤੀ ਕਿਸੇ ਰੱਤੀ ਇਹ ਕਹਿੰਦੀ ਮੈਂ ਸਹੁੰ ਖਾਣ ਨੂੰ ਤਿਆਰ ਹਾਂ ਜਿਹੜਾ ਇਹ ਕਹਿੰਦਾ ਹੈਗਾ ਵੀ ਭਾਨਾ 10,000 ਰੁਪਇਆ ਮੰਗਿਆ ਉਹ ਮੇਰੇ ਨਾਲ ਜਾ ਕੇ ਦਰਬਾਰ ਸਾਹਿਬ ਸਹੁੰ ਖਾ ਯਾਰ ਘਰੇ ਤਾਂ ਬਾਈ ਆਪਦੇ ਚਾਹ ਦਾ ਲੰਗਰ ਲਾ ਕੇ ਰੱਖਦਾ ਯਾਰ ਲੋਕਾਂ ਵਾਸਤੇ ਠੀਕ ਹੈ ਕਿੰਨੇ ਲੋਕਾਂ ਨੇ ਇਲਾਜ ਕਰਾ ਤੇ ਕਿੰਨਾ ਕੁਝ ਕਰਾਤਾ ਯਾਰ ਤੁਸੀਂ ਆਹ ਲੋਕਾਂ ਨੇ ਗੱਲਾਂ ਚੋਣੇ ਕਿਉਂ ਵੀ ਬੰਦਾ ਯਾਰ 10,000 ਰੁਪਏ ਪਿੱਛੇ ਇਹ ਜਿਹਾ ਕੰਮ ਕਰੂਗਾ ਤੁਸੀਂ ਐਂ ਸੋਚ ਕੇ ਦੇਖੋ ਜਿਹੜਾ ਬੰਦਾ ਆਪਦੀ ਜਾਨ ਨੂੰ ਥੇਲੀ ਤੇ ਧਰੀ ਫਿਰਦਾ ਲੋਕਾਂ ਵਾਸਤੇ ਤੇ ਹੁਣ ਚਾਚਾ ਇਸ ਤੋਂ ਬਾਅਦ ਇੱਥੇ ਤਾਂ ਕਿਸੇ ਨੂੰ ਫਿਰਾਉਣ ਦਾ ਕੋਈ ਫਾਇਦਾ ਹੈ ਨਹੀਂ ਫਿਲਹਾਲ ਤਾਂ ਇਸ ਤੋਂ ਬਾਅਦ ਜਿਹੜੇ ਵੀ ਤੁਸੀਂ ਵੀਡੀਓ ਦੇਖੋਗੇ ਅਗਲੀ ਕਾਲ ਦਾ ਇੰਤਜ਼ਾਰ ਕਰਿਓ ਠੀਕ ਹੈ ਵੀਡੀਓ ਪਊਗੀ ਲੈ ਪਊਗਾ ਜਾਣਕਾਰੀ ਸਾਰਿਆਂ ਨੂੰ ਦੇਵਾਂਗੇ ਜਿਵੇਂ ਵੀ ਜਿੱਥੇ ਵੀ ਕੋਈ ਧਰਨੇ ਦੀ ਗੱਲਬਾਤ ਹੋਊਗੀ ਉੱਥੇ ਸਾਰਿਆਂ ਨੇ ਪਹੁੰਚਣਾ ਇਹ ਨਾ ਹੋਵੇ ਵੀ ਇਕੱਲੇ ਭੈਣਾਂ ਤੁਸੀਂ ਵੀ ਆਇਓ ਠੀਕ ਹੈ ਜਿੰਨੀਆਂ ਕਿਸੇ ਦੀ ਕੁੜੀਆਂ ਦੇ ਘਰ ਵਸੇ ਨੇ ਭੈਣ ਭਰਾ ਸਾਰਿਆਂ ਨੇ ਪਹੁੰਚਣਾ ਜਿੰਨਾ ਵੀ ਕਿਸੇ ਕੋਲੇ ਟਾਈਮ ਹੈ ਕੰਮ ਹਰੇਕ ਨੂੰ ਨੇ ਬਿਜ਼ੀ ਹਰੇਕ ਬੰਦਾ ਜਦੋਂ ਭਾਨਾ ਸਿੱਧੂ ਆਪਦਾ ਕੈਰੀਅਰ ਛੱਡ ਕੇ ਲੋਕਾਂ ਵਾਸਤੇ ਖੜ ਸਕਦਾ ਤਾਂ ਤੁਹਾਡਾ ਵੀ ਫਰਜ਼ ਬਣਦਾ ਉਹਦੇ ਵਾਸਤੇ ਖੜਨ ਦਾ ਠੀਕ ਹੈ ਜਿੱਥੇ ਵੀ ਕੋਈ ਧਰਨਾ ਬਜ਼ਾਰਾ ਲੱਗੂਗਾ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ